ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ 'ਤੇ। ਮੈਂ ਹਾਂ ਸੁਮਨਪ੍ਰੀਤ ਕੌਰ। ਅੱਜ ਹੈ 6 ਅਕਤੂਬਰ 2024। ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 6 ਅਕਤੂਬਰ 2024 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ। ਹਰ ਇੱਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ। ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ। ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ, ਉਹ ਟੈਲੀਗ੍ਰਾਮ ਚੈਨਲ 'ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਨੇ। ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਅੱਜ ਦੀ ਕਲਾਸ ਵਧੀਆ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਭਾਰਤ ਦੇ ਪਹਿਲੇ ਸੁਪਰ ਕਪੈਸਿਟੀਅਰ ਪਲਾਂਟ ਦਾ ਹਾਲ ਹੀ ਵਿੱਚ ਉਦਘਾਟਨ ਕਿੱਥੇ ਕੀਤਾ ਗਿਆ? ਭਾਰਤ ਦੇ ਪਹਿਲੇ ਸੁਪਰ ਕਪੈਸਿਟੀਅਲ ਪਲਾਂਟ ਦਾ ਉਦਘਾਟਨ ਕੀਤਾ ਗਿਆ ਕੇਰਲ ਦੇ ਵਿੱਚ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਂਸਰ। ਕੇਰਲ ਦੇ ਵਿੱਚ ਹੁਣ ਭਾਰਤ ਦਾ ਪਹਿਲਾ ਸੁਪਰ ਕਪੈਸਿਟੀਅਰ ਪਲਾਂਟ ਆ ਜਿਹੜਾ ਉਹ ਸਥਾਪਿਤ ਕੀਤਾ ਜਾਵੇਗਾ। ਅਤੇ ਹੁਣ ਕੇਰਲ ਦੇ ਵਿੱਚ ਕੀਤਾ ਜਾਵੇਗਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਕੇਰਲ। ਕੇਰਲ ਦੀ ਕੈਪੀਟਲ ਆ ਤ੍ਰਿਵਨੰਤਪੁਰਮ। ਇੱਥੋਂ ਦੇ ਚੀਫ ਮਿਨਿਸਟਰ ਆ ਪਿਨਰਈ ਵਿਜ਼ੀਅਨ। ਗਵਰਨਰ ਆ ਆਰਿਫ ਮੁਹੰਮਦ ਖਾਨ। ਕੇਰਲ ਦੇ ਵਿੱਚ ਅਨਾਈਮੁਦੀ 16 ਨੈਸ਼ਨਲ ਪਾਰਕ ਆ, ਮਾਥੀਕੇਤਨ 16 ਨੈਸ਼ਨਲ ਪਾਰਕ ਆ, ਪਬਡਮ 16 ਨੈਸ਼ਨਲ ਪਾਰਕ ਆ, ਸਾਇਲੈਂਟ ਵੈਲੀ ਨੈਸ਼ਨਲ ਪਾਰਕ ਆ, ਐਰਵੀਕੁਲਮ ਨੈਸ਼ਨਲ ਪਾਰਕ ਆ, ਪੈਰੀਆਰ ਵਾਈਲਡ ਲਾਈਫ ਸੈਂਚੁਰੀ ਆ। ਕੇਰਲ 2024 ਰਾਜ ਖੁਰਾਕ ਸੁਰੱਖਿਆ ਸੂਚਕਾਂਕ ਵਿੱਚ ਟੌਪ 'ਤੇ ਰਿਹਾ। ਕੇਰਲ ਨੇ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੇ ਕੇਸਾਂ ਦੇ ਨਿਆਂ ਲਈ ਦੇਸ਼ ਦੀ ਪਹਿਲੀ ਡਿਜੀਟਲ ਕੋਰਟ ਸ਼ੁਰੂ ਕੀਤੀ। ਪੈਰੀਆਰ ਟਾਈਗਰ ਰਿਜ਼ਰਵ ਵਿੱਚ ਪਹਿਲੀ ਵਾਰ ਬਿਜਲੀ ਉਤਪਾਦਨ ਲਈ ਵਿੰਡ ਟਰਬਾਈਨ ਲਗਾਈ ਗਈ। ਅਤੇ ਇਸ ਤੋਂ ਇਲਾਵਾ IAS ਬਾਸੂਕੀ ਨੂੰ ਕੇਰਲ ਦੇ ਬਾਹਰੀ ਸਹਿਯੋਗ ਨਾਲ ਸੰਬੰਧਿਤ ਮਾਮਲਿਆਂ ਦਾ 71 ਇੰਚਾਰਜ ਚੁਣਿਆ ਗਿਆ। ਕੇਰਲ ਸਥਾਨਕ ਭਾਈਚਾਰੇ ਦੀ ਮਦਦ ਨਾਲ ਜੈਵ ਵਿਭਿੰਨਤਾ ਨੂੰ ਰਜਿਸਟਰਡ ਕਰਨ ਵਾਲਾ ਪਹਿਲਾ ਰਾਜ ਬਣਿਆ। ਭਾਰਤ ਦੇ ਜੂਲੋਜੀਕਲ ਸਰਵੇ ਦੁਆਰਾ ਕੇਰਲ ਵਿੱਚ ਡੌਗਫਿਸ਼ ਸਾਰਕ ਦੀ ਇੱਕ ਨਵੀਂ ਪ੍ਰਜਾਤੀ ਦੀ ਖੋਜ ਕੀਤੀ ਗਈ। ਨੈਕਸਟ ਹੈ, ਹਾਲ ਹੀ ਵਿੱਚ 2024 ਸਸਤਰ ਨਾਮਾ ਰੁਜਨ ਅਵਾਰਡ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ? 2024 ਸਸਤਰ ਰਾਮਾਨੁਜਨ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਅਲੈਗਜ਼ੈਂਡਰ ਡੌਨ ਨੂੰ। ਆਪਸ਼ਨ ਨੰਬਰ C ਇਜ਼ ਦਾ ਰਾਈਟ ਆਂਸਰ। ਹੁਣ ਇੱਕ ਅਵਾਰਡ ਦੀ ਗੱਲ ਆ ਤਾਂ ਸ਼ਾਹਰੁਖ ਖਾਨ ਨੇ ਆਈਫਾ 2024 ਵਿੱਚ ਬੈਸਟ ਐਕਟਰ ਅਵਾਰਡ ਜਿੱਤਿਆ। ਮਿਥੁਨ ਚੱਕਰਵਰਤੀ ਦਾਦਾ ਸਾਹਿਬ ਫਾਲਕੇ ਅਵਾਰਡ ਲਈ ਚੁਣੇ ਗਏ। ਦੀਪਕ ਸੀ ਮਹਿਤਾ ਨੂੰ ICC ਲਾਈਫ ਟਾਈਮ ਅਚੀਵਮੈਂਟ ਅਵਾਰਡ 2023 ਨਾਲ ਸਨਮਾਨਿਤ ਕੀਤਾ ਗਿਆ। ਪ੍ਰਤੀਸ਼ਾ ਰੇ ਨੂੰ 2024 ਲਈ ਏਕਲਵਿਆ ਅਵਾਰਡ ਲਈ ਚੁਣਿਆ ਗਿਆ। ਚਿਰਨਜੀਵੀ ਕੋਨੀਡੇਲਾ ਨੂੰ ਗਿਨੀਜ਼ ਵਰਲਡ ਰਿਕਾਰਡ ਨੇ ਦੁਆਰਾ ਭਾਰਤੀ ਫਿਲਮ ਉਦਯੋਗ ਵਿੱਚ ਸ਼ਾਨਦਾਰ ਅਭਿਨੇਤਾ ਲਈ ਅਵਾਰਡ ਦਿੱਤਾ ਗਿਆ। ਮਿਸਿੰਗ ਲੇਡੀਜ਼ ਇਸ ਨੂੰ 97ਵੇਂ ਔਸਕਰ ਅਵਾਰਡ ਲਈ ਨਾਮਜ਼ਦ ਕੀਤਾ ਗਿਆ। ਰੀਆ ਸਿੰਘਾ ਨੇ ਮਿਸ ਯੂਨੀਵਰਸ ਇੰਡੀਆ 2024 ਦਾ ਖਿਤਾਬ ਜਿੱਤਿਆ। ਨੈਕਸਟ ਹੈ, ਹਾਲ ਹੀ ਵਿੱਚ ਕਿਸ ਦੇਸ਼ ਦੇ ਰਾਸ਼ਟਰਪਤੀ ਭਾਰਤ ਦੇ ਸਰਕਾਰੀ ਦੌਰੇ 'ਤੇ ਆਉਣਗੇ? ਹਾਂਜੀ, ਰੀਸੈਂਟਲੀ ਮਾਲਦੀਵ ਦੇ ਰਾਸ਼ਟਰਪਤੀ ਭਾਰਤ ਦੇ ਸਰਕਾਰੀ ਦੌਰੇ 'ਤੇ ਆਉਣਗੇ। ਆਪਸ਼ਨ B ਇਜ਼ ਦਾ ਰਾਈਟ ਆਂਸਰ। ਹੁਣ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੋਇਜ਼ੂ ਭਾਰਤ ਦੇ ਸਰਕਾਰੀ ਦੌਰੇ 'ਤੇ ਆਉਣਗੇ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮਾਲਦੀਵ। ਮਾਲਦੀਵ ਦੀ ਕੈਪੀਟਲ ਕੀ ਆ? ਮਾਲੇ। ਕਰੰਸੀ ਆ ਮਾਲਦੀਵੀਅਨ ਰੁਪਈਆ ਅਤੇ ਪ੍ਰੈਜ਼ੀਡੈਂਟ ਆ ਮੁਹੰਮਦ ਮੋਇਜ਼ੂ। ਠੀਕ ਹੈ, ਅਤੇ ਮਾਲਦੀਪ ਨੇ ਸੰਯੁਕਤ ਰਾਸ਼ਟਰ ਵਿੱਚ ਉੱਚ ਸਾਗਰ ਸੰਧੀ 'ਤੇ ਸਾਈਨ ਕੀਤੇ। ਭਾਰਤ ਅਤੇ ਮਾਲਦੀਪ ਨੇ 1000 ਸਿਵਲ ਸੇਵਾ ਅਧਿਕਾਰੀਆਂ ਦੀ ਸਿਖਲਾਈ ਲਈ ਸਮਝੌਤੇ 'ਤੇ ਸਾਈਨ ਕੀਤੇ। ਮਾਲਦੀਪ ਨੇ 26 ਜੁਲਾਈ 2024 ਵਿੱਚ ਆਪਣੀ 59ਵੀਂ ਆਜ਼ਾਦੀ ਦੀ ਵਰ੍ਹੇਗੰਢ ਮਨਾਈ। ਮਾਲਦੀਪ ਭਾਰਤ ਨਾਲ ਹਾਈਡਰੋਗ੍ਰਾਫਿਕ ਸਰਵੇ ਐਗਰੀਮੈਂਟ ਨੂੰ ਪੂਰਾ ਕਰੇਗਾ।
ਭਾਰਤ ਮਾਲਦੀਪ ਵਿੱਚ ਸੈਨਿਕਾਂ ਦੀ ਬਜਾਏ ਤਕਨੀਕੀ ਸਟਾਫ ਭੇਜੇਗਾ। ਰਿਲਾਇੰਸ ਜੀਓ ਨੇ ਮਾਲਦੀਪ ਨੂੰ ਹਾਈ ਸਪੀਡ ਆਪਟੀਕਲ ਫਾਈਬਰ ਕੇਬਲ ਨਾਲ ਜੋੜਨ ਦਾ ਕੰਮ ਪੂਰਾ ਕੀਤਾ। ਮਾਲਦੀਪ ਵਿੱਚ ਏਸ਼ੀਆ ਸਰਫਿੰਗ ਚੈਂਪੀਅਨਸ਼ਿਪ ਕਰਵਾਈ ਗਈ। ਮਾਲਦੀਪ ਵਿੱਚ ਕੋਲੰਬੋ ਸੁਰੱਖਿਆ ਸੰਮੇਲਨ ਦੀ 7ਵੀਂ ਡਿਪਟੀ NSC ਮੀਟਿੰਗ ਹੋਈ। ਨੈਕਸਟ ਹੈ, ਹਾਲ ਹੀ ਵਿੱਚ ਇੰਟਰਨੈਸ਼ਨਲ ਸੈਂਟਰ ਫੋਰ ਐਨਰਜੀ ਐਫੀਸੈਂਸੀ ਵਿੱਚ ਕੌਣ ਸ਼ਾਮਿਲ ਹੋਇਆ? ਇੰਟਰਨੈਸ਼ਨਲ ਸੈਂਟਰ ਫੋਰ ਐਨਰਜੀ ਐਫੀਸੈਂਸੀ ਦੇ ਵਿੱਚ ਸ਼ਾਮਿਲ ਹੋਇਆ ਸਾਡਾ ਦੇਸ਼ ਭਾਰਤ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਹੁਣ ਦੇਖ ਸਕਦੇ ਹੋ ਤੁਸੀਂ ਫਿਰ ਭਾਰਤ ਦਾ ਮੈਪ। ਭਾਰਤ ਜਿਹੜਾ ਕਿ 28 ਰਾਜਾਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਮਿਲ ਕੇ ਬਣਿਆ। ਭਾਰਤ ਦੀ ਕੈਪੀਟਲ ਆ ਨਵੀਂ ਦਿੱਲੀ, ਕਰੰਸੀ ਆ ਇੰਡੀਅਨ ਰੁਪਏ, ਆ ਪ੍ਰੈਜ਼ੀਡੈਂਟ ਆ ਦ੍ਰੌਪਦੀ ਮੁਰਮੂ, ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ। ਜਨਸੰਖਿਆ ਦੇ ਪੱਖੋਂ ਭਾਰਤ ਪਹਿਲੇ ਨੰਬਰ 'ਤੇ ਆ, ਦਾਲਾਂ ਦੇ ਉਤਪਾਦਨ ਵਿੱਚ ਟੌਪ 'ਤੇ ਆ, ਦੁੱਧ ਉਤਪਾਦਨ ਵਿੱਚ ਟੌਪ 'ਤੇ ਆ, ਅਰਥ ਵਿਵਸਥਾ ਵਿੱਚ 5ਵਾਂ ਸਥਾਨ ਆ, ਖੇਤਰਫਲ ਵਿੱਚ 7ਵਾਂ ਸਥਾਨ ਆ, ਅਤੇ ਭਾਰਤ ਨਾਲ ਕੁੱਲ 7 ਦੇਸ਼ਾਂ ਦੀ ਹੱਦ ਲੱਗਦੀ ਆ, ਅਫਗਾਨਿਸਤਾਨ, ਪਾਕਿਸਤਾਨ, ਨੇਪਾਲ, ਚੀਨ, ਬਰਮਾ, ਬੰਗਲਾਦੇਸ਼, ਭੂਟਾਨ, ਅਤੇ ਸਭ ਤੋਂ ਜ਼ਿਆਦਾ ਹੱਦ ਲੱਗਦੀ ਆ ਬੰਗਲਾਦੇਸ਼ ਦੀ ਭਾਰਤ ਦੇ ਨਾਲ। ਠੀਕ ਹੈ, ਅਤੇ ਇਸ ਤੋਂ ਇਲਾਵਾ ਭਾਰਤ ਇਥਾਨੋਲ ਦਾ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਉਤਪਾਦਕ ਅਤੇ ਖਪਤਕਾਰ ਬਣਿਆ। ਭਾਰਤ ਭ੍ਰਿਸ਼ਟਾਚਾਰ ਵਿਰੋਧੀ ਗੱਠਜੋੜ ਦੀ ਅਗਵਾਈ ਵਿੱਚ ਸ਼ਾਮਿਲ ਹੋਇਆ। ਭਾਰਤ ਨੇਪਾਲ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣਿਆ। ਭਾਰਤ ਕੁਆਡ ਸੰਮੇਲਨ 2025 ਦੀ ਮੇਜ਼ਬਾਨੀ ਕਰੇਗਾ। ਭਾਰਤ ਨੇ ਸੈਫ ਅੰਡਰ 17 ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ। ਭਾਰਤ ਦੀ ਹਾਕੀ ਟੀਮ ਨੇ 5ਵੀਂ ਵਾਰ ਏਸ਼ੀਅਨ ਚੈਂਪੀਅਨਸ ਟਰਾਫੀ ਦਾ ਖਿਤਾਬ ਜਿੱਤਿਆ। ਭਾਰਤ 2028 ਤੱਕ ਆਪਣਾ ਭਾਰਤੀ ਪੁਲਾੜ ਸਟੇਸ਼ਨ ਸਥਾਪਿਤ ਕਰੇਗਾ। ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ 5G ਸਮਾਰਟਫੋਨ ਬਾਜ਼ਾਰ ਬਣਿਆ। ਨੈਕਸਟ ਹੈ, ਹਾਲ ਹੀ ਵਿੱਚ ਛਤਰਪਤੀ ਸ਼ਿਵਾਜੀ ਲਾਈਫ ਟਾਈਮ ਅਚੀਵਮੈਂਟ ਅਵਾਰਡ ਕਿਸ ਨੂੰ ਮਿਲੇਗਾ? ਛਤਰਪਤੀ ਸ਼ਿਵਾਜੀ ਲਾਈਫ ਟਾਈਮ ਅਚੀਵਮੈਂਟ ਅਵਾਰਡ ਮਿਲੇਗਾ ਪ੍ਰਦੀਪ ਗਾਂਧੀ ਨੂੰ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਹੁਣ ਇੱਕ ਅਵਾਰਡ ਦੀ ਗੱਲ ਆ ਤਾਂ ਐਸ਼ਵਰਿਆ ਰਾਏ ਨੇ ਸਾਊਥ ਇੰਡੀਅਨ ਇੰਟਰਨੈਸ਼ਨਲ ਮੂਵੀ ਅਵਾਰਡ 2024 ਵਿੱਚ ਸਰਵੋਤਮ ਅਭਿਨੇਤਰੀ ਦਾ ਅਵਾਰਡ ਜਿੱਤਿਆ। ਪ੍ਰਸ਼ਾਂਤੀ ਰਾਮ ਨੇ ਆਪਣੀ ਲਘੂ ਕਹਾਣੀ 9 ਵਿਹੜੇ ਦੀਆਂ ਸਾੜੀਆਂ ਲਈ ਸਿੰਗਾਪੁਰ ਸਾਹਿਤਕ ਅਵਾਰਡ ਜਿੱਤਿਆ। ਜੈਮੀ ਲੀ ਕਾਰਟਿਸ ਨੇ ਮਹਿਮਾਨ ਅਭਿਨੇਤਰੀ ਲਈ ਕ੍ਰੀਏਟਿਵ ਆਰਟਸ ਐਮੀ ਅਵਾਰਡ ਜਿੱਤਿਆ। ਰੋਹਿਤ ਸ਼ਰਮਾ ਨੂੰ 26ਵੇਂ C8 ਕ੍ਰਿਕਟ ਅਵਾਰਡ ਵਿੱਚ ਸਰਵੋਤਮ ਅੰਤਰਰਾਸ਼ਟਰੀ ਕ੍ਰਿਕਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਰਿਸ਼ਵ ਸੈਟੀ ਨੇ 70ਵੇਂ ਨੈਸ਼ਨਲ ਫਿਲਮ ਅਵਾਰਡ ਦੇ ਸਰਵੋਤਮ ਅਦਾਕਾਰ ਦਾ ਅਵਾਰਡ ਜਿੱਤਿਆ। ਵੀ ਵੇਦਾਚਲਮ ਨੇ ਵੀ ਵੈਨਕਈਆ ਐਪੀਗ੍ਰਾਫੀ ਅਵਾਰਡ 2024 ਜਿੱਤਿਆ। ਨੈਕਸਟ ਹੈ, ਭਾਰਤ ਹਵਾਈ ਸੈਨਾ ਹਾਲ ਹੀ ਵਿੱਚ ਆਪਣਾ 92ਵਾਂ ਸਥਾਪਨਾ ਦਿਵਸ ਕਿੱਥੇ ਮਨਾਏਗੀ? ਭਾਰਤੀ ਹਵਾਈ ਸੈਨਾ ਆਪਣਾ 92ਵਾਂ ਸਥਾਪਨਾ ਦਿਵਸ ਚੇਨਈ ਦੇ ਵਿੱਚ ਮਨਾਏਗੀ 6 ਅਕਤੂਬਰ ਤੋਂ ਲੈ ਕੇ 8 ਅਕਤੂਬਰ ਤੱਕ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਹਾਲ ਹੀ ਵਿੱਚ ਵਿਸ਼ਵ ਪਸ਼ੂ ਦਿਵਸ ਕਦੋਂ ਮਨਾਇਆ ਗਿਆ? ਵਿਸ਼ਵ ਪਸ਼ੂ ਦਿਵਸ ਲੋਕਾਂ ਵਿੱਚ ਪਸ਼ੂਆਂ ਦੇ ਕਲਿਆਣ ਪ੍ਰਤੀ ਜਾਗਰੂਕਤਾ ਵਧਾਉਣ ਦੇ ਲਈ ਹਰੇਕ ਸਾਲ 4 ਅਕਤੂਬਰ ਨੂੰ ਵਿਸ਼ਵ ਪਸ਼ੂ ਦਿਵਸ ਮਨਾਇਆ ਜਾਂਦਾ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਹੁਣ ਅਕਤੂਬਰ ਦੇ ਇੰਪੋਰਟੈਂਟ ਡੇ ਦੀ ਗੱਲ ਆ ਤਾਂ 1 ਅਕਤੂਬਰ ਨੂੰ ਅੰਤਰਰਾਸ਼ਟਰੀ ਬਜ਼ੁਰਗਾਂ ਦਾ ਦਿਨ, ਅੰਤਰਰਾਸ਼ਟਰੀ ਕੌਫੀ ਦਿਵਸ, ਵਿਸ਼ਵ ਸ਼ਾਕਾਹਾਰੀ ਦਿਵਸ ਮਨਾਇਆ ਗਿਆ। 2 ਅਕਤੂਬਰ ਨੂੰ ਅੰਤਰਰਾਸ਼ਟਰੀ ਅਹਿੰਸਾ ਦਿਵਸ ਯਾਨੀ ਕਿ ਗਾਂਧੀ ਜੈਯੰਤੀ ਮਨਾਈ ਗਈ। 3 ਅਕਤੂਬਰ ਨੂੰ ਜਰਮਨ ਏਕਤਾ ਦਿਵਸ ਮਨਾਇਆ ਗਿਆ। ਨੈਕਸਟ ਹੈ, ਹਾਲ ਹੀ ਵਿੱਚ ਭਾਰਤ ਅਤੇ ਨੇਪਾਲ ਕਿਹੜੇ ਦੇਸ਼ ਦੇ ਤ੍ਰਿਪੱਖੀ ਬਿਜਲੀ ਵਪਾਰ ਸਮਝੌਤੇ 'ਤੇ ਸਾਈਨ ਕਰਨਗੇ? ਹਾਂਜੀ, ਤ੍ਰਿਪੱਖੀ ਦਾ ਮਤਲਬ ਕੀ ਹੁੰਦਾ? ਜਿਹਦੇ ਵਿੱਚ 3 ਦੀ ਗੱਲ ਹੋਵੇ। ਤਾਂ ਹੁਣ ਭਾਰਤ, ਨੇਪਾਲ ਅਤੇ ਬੰਗਲਾਦੇਸ਼ ਤ੍ਰਿਪੱਖੀ ਬਿਜਲੀ ਵਪਾਰ ਸਮਝੌਤੇ 'ਤੇ ਸਾਈਨ ਕਰਨਗੇ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ, ਬੰਗਲਾਦੇਸ਼। ਬੰਗਲਾਦੇਸ਼ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਬੰਗਲਾਦੇਸ਼। ਤਾਂ ਬੰਗਲਾਦੇਸ਼ ਦੀ ਕੈਪੀਟਲ ਕੀ ਆ? ਬੰਗਲਾਦੇਸ਼ ਦੀ ਕੈਪੀਟਲ ਆ ਜੀ
ਜਿਹੜੇ ਵੀ ਸਟੂਡੈਂਟਸ ਨੂੰ ਪਤਾ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖਣ। ਬੰਗਲਾਦੇਸ਼ ਦੀ ਕੈਪੀਟਲ ਡਾਕਾ, ਕਰਾਂਸੀ ਹੈ ਟੱਕਾ। ਇੱਥੋਂ ਦੇ ਚੀਫ ਮਿਨਿਸਟਰ ਕੌਣ? ਚੀਫ ਮਿਨਿਸਟਰ ਨਹੀਂ, ਸੋਰੀ, ਜਿਹੜਾ ਦੇਸ਼ ਹੁੰਦਾ ਉਹਦੇ ਕੀ ਹੁੰਦੇ ਆ? ਪ੍ਰੈਜ਼ੀਡੈਂਟ ਅਤੇ ਪ੍ਰਧਾਨ ਮੰਤਰੀ ਹੁੰਦੇ ਆ, ਠੀਕ ਹੈ। ਤਾਂ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਕੌਣ ਆ? ਜਿਵੇਂ ਕਿ ਤੁਹਾਨੂੰ ਪਤਾ ਇੱਥੇ ਮਾਰਸ਼ਲ ਲਾਅ ਲਾਗੂ ਹੋਇਆ ਸੀ, ਸ਼ੇਖ ਹਸੀਨਾ ਬੰਗਲਾਦੇਸ਼ ਛੱਡ ਕੇ ਭਾਰਤ ਆ ਗਈ ਸੀ, ਅਤੇ ਉਸ ਤੋਂ ਬਾਅਦ ਇੱਥੋਂ ਨਵੇਂ ਅੰਤਰਿਮ ਸਰਕਾਰ ਦੇ ਮੁਖੀ ਚੁਣੇ ਗਏ ਸੀ, ਮੁਹੰਮਦ ਯੂਨਸ, ਠੀਕ ਹੈ। ਅਤੇ ਇੱਥੋਂ ਦੇ ਪ੍ਰੈਜ਼ੀਡੈਂਟ ਕੌਣ ਆ? ਮੁਹੰਮਦ ਸ਼ਹਾਬੂਦੀਨ। ਬੰਗਲਾਦੇਸ਼ ਦੀ ਭਾਰਤ ਨਾਲ ਜ਼ਿਆਦਾ ਹੱਦ ਲੱਗਦੀ ਹੈ, ਸਭ ਤੋਂ ਕਿੰਨੀ ਲੱਗਦੀ ਹੈ? 4096 ਕਿਲੋਮੀਟਰ ਦੀ। ਕਿਹੜੇ ਕਿਹੜੇ ਰਾਜ ਆ ਜਿਹੜੇ ਬੰਗਲਾਦੇਸ਼ ਦੇ ਭਾਰਤ ਨਾਲ, ਭਾਰਤ ਦੇ ਕਿਹੜੇ ਰਾਜ ਆ ਜਿਹੜੇ ਬੰਗਲਾਦੇਸ਼ ਨਾਲ ਲੱਗ ਰਹੇ ਆ? ਮੈਪ ਦੇ ਵਿੱਚ ਦੇਖੋ, ਪੱਛਮੀ ਬੰਗਾਲ, ਅਸਮ, ਮੇਘਾਲਿਆ, ਤ੍ਰਿਪੁਰਾ, ਮਿਜ਼ੋਰਮ। ਬੰਗਲਾਦੇਸ਼ 26 ਮਾਰਚ 1971 ਨੂੰ ਆਜ਼ਾਦ ਹੋਇਆ ਸੀ। ਇੰਡੀਆ ਅਤੇ ਬੰਗਲਾਦੇਸ਼ ਦੇ ਵਿਚਕਾਰ ਸੰਪ੍ਰਤੀ ਨਾਮ ਦੀ ਡਿਫੈਂਸ ਐਕਸਰਸਾਈਜ਼ ਹੁੰਦੀ ਆ। ਬੰਗਲਾਦੇਸ਼ ਦੀ ਸੰਸਦ ਦਾ ਨਾਮ ਆਜ਼ਾਦੀ ਸੰਸਦ ਅਤੇ ਰਾਸ਼ਟਰੀ ਸੰਸਦ। ਬੰਗਲਾਦੇਸ਼ ਵਿੱਚ ਗੰਗਾ ਨਦੀ ਨੂੰ ਪਦਮਾ ਦੇ ਨਾਮ ਨਾਲ ਜਾਣਿਆ ਜਾਂਦਾ, ਬ੍ਰਹਮਪੁੱਤਰ ਨਦੀ ਨੂੰ ਯਮੁਨਾ ਦੇ ਨਾਮ ਨਾਲ ਜਾਣਿਆ ਜਾਂਦਾ। ਬੰਗਲਾਦੇਸ਼ ਦੀ ਸਭ ਤੋਂ ਲੰਬੀ ਨਦੀ ਹੈ ਸੁਰਮਾ ਨਦੀ। ਸ਼ੈਯਦ ਰਿਫਾਤ ਅਹਿਮਦ ਨੇ ਬੰਗਲਾਦੇਸ਼ ਦੇ 25ਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕੀ। ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਟੀਮ ਬੰਗਲਾਦੇਸ਼ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਜਾਂਚ ਕਰੇਗੀ। ਮੁਹੰਮਦ ਯੂਨਿਸ ਨੂੰ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦਾ ਮੁਖੀ ਚੁਣਿਆ ਗਿਆ। ਭਾਰਤ ਨੂੰ ਬੰਗਲਾਦੇਸ਼ ਦੇ ਮੋਂਗਲਾ ਪੋਰਟ ਟਰਮੀਨਲ ਲਈ ਸੰਚਾਲਨ ਅਧਿਕਾਰ ਪ੍ਰਾਪਤ ਹੋਏ। ਭਾਰਤ ਨੇ ਬੰਗਲਾਦੇਸ਼ ਵਿੱਚ ਆਪਣਾ ਨਵਾਂ ਕੌਂਸਲੈਂਟ ਖੋਲ੍ਹਣ ਦਾ ਐਲਾਨ ਕੀਤਾ। ਭਾਰਤ ਬੰਗਲਾਦੇਸ਼ ਦੇ ਨਾਗਰਿਕਾਂ ਲਈ ਈ ਮੈਡੀਕਲ ਵੀਜ਼ਾ ਸ਼ੁਰੂ ਕਰੇਗਾ। ਜਨਰਲ ਵਾਕਰੁਜ਼ ਜ਼ਮਾਨ ਨੂੰ ਬੰਗਲਾਦੇਸ਼ ਦਾ ਨਵਾਂ ਸੈਨਾ ਮੁਖੀ ਚੁਣਿਆ ਗਿਆ। ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੇ ਮੁਸਲਿਮ ਦੇਸ਼ਾਂ ਦੀ ਸਾਂਝੀ ਵਕਾਲਤ ਲਈ ਵਕਾਲਤ ਕੀਤੀ ਹੈ, ਅਤੇ ਬੰਗਲਾਦੇਸ਼ 'ਚ 2 ਰੋਜ਼ਾ ਨਜ਼ਰੂਲ ਉਤਸਵ ਸ਼ੁਰੂ ਹੋਇਆ। ਨੈਕਸਟ ਹੈ, ਹਾਲ ਹੀ ਵਿੱਚ ਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਕਿਸ ਰਾਜ ਵਿੱਚ ਟਿਕਾਊ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ $160 ਬਿਲੀਅਨ ਦੇ ਕਰਜ਼ੇ ਨੂੰ ਮਨਜ਼ੂਰੀ ਦਿੱਤੀ? ਹਾਂਜੀ, ਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਹਿਮਾਚਲ ਪ੍ਰਦੇਸ਼ ਰਾਜ ਦੇ ਵਿੱਚ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਲਈ $160 ਮਿਲੀਅਨ ਦੇ ਕਰਜ਼ੇ ਨੂੰ ਮਨਜ਼ੂਰੀ ਦਿੱਤੀ। ਹੁਣ ਹਿਮਾਚਲ ਪ੍ਰਦੇਸ਼ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ, ਹਿਮਾਚਲ ਪ੍ਰਦੇਸ਼ ਬਿਲਕੁਲ ਪੰਜਾਬ ਦੇ ਨਾਲ। ਹਿਮਾਚਲ ਪ੍ਰਦੇਸ਼ ਦੀ ਕੈਪੀਟਲ ਆ ਸ਼ਿਮਲਾ, ਸਮਰ ਕੈਪੀਟਲ ਆ, ਵਿੰਟਰ ਕੈਪੀਟਲ ਆ ਧਰਮਸ਼ਾਲਾ। ਇੱਥੋਂ ਦੇ ਚੀਫ ਮਿਨਿਸਟਰ ਆ ਸੁਖਵਿੰਦਰ ਸਿੰਘ ਸੁੱਖੂ, ਗਵਰਨਰ ਆ ਸ਼ਿਵ ਪ੍ਰਤਾਪ ਸ਼ੁਕਲਾ। ਹਿਮਾਚਲ ਪ੍ਰਦੇਸ਼ ਦੇ ਵਿੱਚ ਗ੍ਰੇਟ ਹਿਮਾਲਿਅਨ ਨੈਸ਼ਨਲ ਪਾਰਕ ਆ, ਭਿੰਨ ਵੈਲੀ ਨੈਸ਼ਨਲ ਪਾਰਕ ਆ, ਇੰਡਰ ਕਿਲਾ ਨੈਸ਼ਨਲ ਪਾਰਕ ਆ, ਖੀਰ ਗੰਗਾ ਨੈਸ਼ਨਲ ਪਾਰਕ ਆ, ਸਿੰਬਲ ਬਾੜਾ ਨੈਸ਼ਨਲ ਪਾਰਕ ਆ, ਰੋਹੇਲਾ ਨੈਸ਼ਨਲ ਪਾਰਕ ਆ। ਇੱਥੋਂ ਦੇ ਫੇਮਸ ਲੋਕ ਨਾਚ ਆ ਛਪੀਲੀ। ਹਿਮਾਚਲ ਪ੍ਰਦੇਸ਼ ਦੇ ਵਿੱਚ ਖਜਿਆਰ ਝੀਲ ਆ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਔਰਤਾਂ ਲਈ ਵਿਆਹ ਦੀ ਉਮਰ ਵਧਾ ਕੇ 21 ਸਾਲ ਕਰ ਦਿੱਤੀ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਮੁੱਖ ਮੰਤਰੀ ਸੁੱਖ ਸਿੱਖਿਆ ਯੋਜਨਾ ਨੂੰ ਮਨਜ਼ੂਰੀ ਦਿੱਤੀ। ਹਿਮਾਚਲ ਪ੍ਰਦੇਸ਼ ਵਿੱਚ ਮੁੱਖ ਮੰਤਰੀ ਬਾਲ ਪੌਸ਼ਟਿਕ ਭੋਜਨ ਯੋਜਨਾ ਸ਼ੁਰੂ ਕੀਤੀ ਗਈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਪਹਿਲ ਹਿਮ ਉੱਨਤੀ ਦੀ ਸ਼ੁਰੂਆਤ ਕੀਤੀ। ਮੌਸਮ ਦੀ ਭਵਿੱਖਬਾਣੀ ਲਈ ਲਾਹੌਲ ਸਪੀਤੀ ਵਿੱਚ ਡੋਪਲਰ ਰਾਡਾਰ ਲਗਾਇਆ ਜਾਵੇਗਾ। ਹਿਮਾਚਲ ਪ੍ਰਦੇਸ਼ ਮੰਤਰੀ ਮੰਡਲ ਨੇ 0 ਬਿਜਲੀ ਬਿੱਲ ਦੀ ਵਿਵਸਥਾ ਨੂੰ ਤਰਕ ਸੰਗਤ ਬਣਾਉਣ ਦੀ ਪ੍ਰਵਾਨਗੀ ਦਿੱਤੀ। ਕੈਗ ਨੇ ਸ਼ਿਮਲਾ ਵਿੱਚ ਭਾਰਤ ਦੇ ਪਹਿਲੇ ਚੈਡਵਿਕ ਹਾਊਸ ਨੈਵੀਗੇਟਿੰਗ ਐਡਿਟ ਹੈਰੀਟੇਜ ਮਿਊਜ਼ੀਅਮ ਦਾ ਉਦਘਾਟਨ ਕੀਤਾ। ਨੈਕਸਟ ਹੈ, ਹਾਲ ਹੀ ਵਿੱਚ ਭਾਰਤ ਦੇ ਮਹੱਤਵਪੂਰਨ ਖਣਿਜਾਂ ਦੀ ਸਪਲਾਈ ਲਈ ਕਿਸ ਦੇਸ਼ ਦੇ ਨਾਲ ਸਮਝੌਤਾ ਕੀਤਾ? ਹਾਂਜੀ, ਭਾਰਤ ਨੇ ਮਹੱਤਵਪੂਰਨ ਖਣਿਜਾਂ ਦੀ ਸਪਲਾਈ ਦੇ ਲਈ ਅਮੈਰੀਕਾ ਦੇ ਨਾਲ ਸਮਝੌਤਾ ਕੀਤਾ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਹੁਣ ਅਮੈਰੀਕਾ ਦੀ ਗੱਲ ਆ, ਅਮੈਰੀਕਾ ਦੀ ਕੈਪੀਟਲ ਕੀ ਆ? ਵਾਸ਼ਿੰਗਟਨ DC। ਕਰੰਸੀ ਅਮੈਰੀਕਨ ਡਾਲਰ। ਪ੍ਰੈਜ਼ੀਡੈਂਟ ਆ ਜੋ ਬਾਈਡਨ ਅਤੇ ਵਾਈਸ ਪ੍ਰੈਜ਼ੀਡੈਂਟ ਆ ਕਮਲਾ ਹੈਰਿਸ। ਪ੍ਰਧਾਨ ਮੰਤਰੀ ਮੋਦੀ ਨੇ ਨਿਊਯਾਰਕ ਵਿੱਚ ਸਮਿਟ ਆਫ ਦੀ ਫਿਊਚਰ ਨੂੰ ਸੰਬੋਧਿਤ ਕੀਤਾ।
ਪ੍ਰਧਾਨ ਮੰਤਰੀ ਮੋਦੀ ਨੇ ਬੋਸਟਨ ਅਤੇ ਲਾਸ ਐਂਜਲਸ ਵਿੱਚ ਭਾਰਤੀ ਕੌਂਸਲੈਂਟ ਖੋਲ੍ਹਣ ਦਾ ਐਲਾਨ ਕੀਤਾ। ਅਮੈਰੀਕਾ ਨੇ ਭਾਰਤ ਨੂੰ 297 ਚੋਰੀ ਜਾਂ ਤਸਕਰੀ ਕੀਤੀਆਂ ਪ੍ਰਾਚੀਨ ਵਸਤੂਆਂ ਵਾਪਸ ਕਰਨ ਦਾ ਫੈਸਲਾ ਕੀਤਾ। ਬੀਕਾਨੇਰ ਵਿੱਚ ਭਾਰਤ ਅਤੇ ਅਮਰੀਕੀ ਫੌਜ ਦਾ ਸੰਯੁਕਤ ਅਭਿਆਸ ਯੁੱਧ ਅਭਿਆਸ ਹੋਇਆ। ਬ੍ਰਿਟੇਨ, ਯੂਰਪੀਅਨ ਯੂਨੀਅਨ ਅਤੇ ਅਮੈਰੀਕਾ ਨੇ ਦੁਨੀਆ ਦੀ ਪਹਿਲੀ ਆਰਟੀਫਿਸ਼ੀਅਲ ਇੰਟੈਲੀਜੈਂਸ ਸੰਧੀ 'ਤੇ ਸਾਈਨ ਕੀਤੇ। ਭਾਰਤ ਨੇ ਅਮੈਰੀਕਾ ਤੋਂ 73,000 SIG ਸੌਰ ਅਸੋਲਟ ਰਾਈਫਲਾਂ ਮੰਗਵਾਈਆਂ। ਟੈਕਸਾਸ 'ਚ ਭਗਵਾਨ ਹਨੂੰਮਾਨ ਦੀ 90 ਫੁੱਟ ਉੱਚੀ ਕਾਂਸੀ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ। ਅਮੈਰੀਕਾ ਅਤੇ ਦੱਖਣੀ ਕੋਰੀਆ ਦਰਮਿਆਨ ਉਲਝੀ ਫਰੀਡਮ ਸ਼ੀਲਡ ਅਭਿਆਸ ਸ਼ੁਰੂ ਹੋਇਆ। ਨੈਕਸਟ ਹੈ, ਹਾਲ ਹੀ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਸੰਘਾਈ ਕੋਪਰੇਸ਼ਨ ਔਰਗੇਨਾਈਜੇਸ਼ਨ ਦੀ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਕਿਹੜੇ ਦੇਸ਼ ਦੇ ਵਿੱਚ ਜਾਣਗੇ? ਹਾਂਜੀ, ਸੰਘਾਈ ਕੋਪਰੇਸ਼ਨ ਔਰਗੇਨਾਈਜੇਸ਼ਨ ਦੀ ਮੀਟਿੰਗ ਕਿੱਥੇ ਹੋਵੇਗੀ? ਪਾਕਿਸਤਾਨ, ਜਿੱਥੇ ਵਿਦੇਸ਼ ਮੰਤਰੀ ਜਾਣਗੇ, ਹਿੱਸਾ ਲੈਣਗੇ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਹੁਣ ਪਾਕਿਸਤਾਨ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪਾਕਿਸਤਾਨ। ਪਾਕਿਸਤਾਨ ਦੀ ਕੈਪੀਟਲ ਕੀ ਆ? ਇਸਲਾਮਾਬਾਦ। ਕਰੰਸੀ ਆ ਪਾਕਿਸਤਾਨੀ ਰੁਪਈਆ। ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ, ਪ੍ਰੈਜ਼ੀਡੈਂਟ ਆਸਿਫ ਅਲੀ ਜ਼ਰਦਾਰੀ। ਅਤੇ ਮੀਟਿੰਗ ਹੋਣੀ ਕਦੋਂ ਆ? 15-16 ਅਕਤੂਬਰ ਨੂੰ। ਅਤੇ ਪਾਕਿਸਤਾਨ ਦੇ ਅਨੁਭਵੀ ਇੰਪਾਇਰ ਅਲੀਮ ਡਾਰ ਨੇ ਅੰਤਰਰਾਸ਼ਟਰੀ ਅੰਪਾਇਰਿੰਗ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਸਲੀਮਾ ਇਮਤਿਆਜ਼ ICC ਅੰਪਾਇਰ ਪੈਨਲ ਵਿੱਚ ਸ਼ਾਮਿਲ ਹੋਣ ਵਾਲੀ ਪਾਕਿਸਤਾਨ ਦੀ ਪਹਿਲੀ ਮਹਿਲਾ ਬਣੀ। ਤਾਹਿਰ ਜਮਾਨ ਪਾਕਿਸਤਾਨ ਹਾਕੀ ਟੀਮ ਦੇ ਕੋਚ ਚੁਣੇ ਗਏ। ਪਾਕਿਸਤਾਨ ਨੇ ਇੰਟਰਨੈਸ਼ਨਲ ਮੋਨੀਟਰੀ ਫੰਡ ਨੂੰ $ 3.6 billion ਤੋਂ ਵੱਧ ਦਾ ਵਿਆਜ ਅਦਾ ਕੀਤਾ। ਪਾਕਿਸਤਾਨ ਨੇ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਵੀਜ਼ਾ ਨੀਤੀ ਵਿੱਚ ਢਿੱਲ ਦਿੱਤੀ। ਆਲੀਆ ਨੀਲਮ ਨੇ ਪਾਕਿਸਤਾਨ ਦੀ ਪਹਿਲੀ ਮਹਿਲਾ ਜੱਜ ਵਜੋਂ ਸਹੁੰ ਚੁੱਕੀ। ਪਾਕਿਸਤਾਨ ਨੇ ਨਵਾਂ ਫੌਜੀ ਅਭਿਆਸ ਆਜ਼ਮੇ ਇਸ਼ਤਿਹਾ ਕਾਮ ਸ਼ੁਰੂ ਕੀਤਾ। ਮੁਹੰਮਦ ਵਸੀਮ ਨੂੰ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਦਾ ਮੁੱਖ ਕੋਚ ਚੁਣਿਆ ਗਿਆ। ਨੈਕਸਟ ਹੈ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲ ਹੀ ਵਿੱਚ ਹਾਈਟੈਕ ਪੁਲਿਸ ਹੈੱਡਕੁਆਰਟਰ ਦਾ ਉਦਘਾਟਨ ਕਿੱਥੇ ਕੀਤਾ? ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਦਘਾਟਨ ਕੀਤਾ ਅਹਿਮਦਾਬਾਦ ਦੇ ਵਿੱਚ ਹਾਈਟੈਕ ਪੁਲਿਸ ਹੈੱਡਕੁਆਰਟਰ ਦਾ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਹਾਲ ਹੀ ਵਿੱਚ ਕੈਬਨਿਟ ਨੇ ਕਿੰਨੀਆਂ ਭਾਸ਼ਾਵਾਂ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਦਿੱਤਾ? ਹਾਂਜੀ, ਕੈਬਨਿਟ ਨੇ 5 ਭਾਸ਼ਾਵਾਂ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਦਿੱਤਾ ਅਤੇ ਇਸ ਦੇ ਨਾਲ ਟੋਟਲ 11 ਭਾਸ਼ਾਵਾਂ ਵਾ ਜਿਨ੍ਹਾਂ ਨੂੰ ਕਲਾਸੀਕਲ ਭਾਸ਼ਾਵਾਂ ਦੀ ਸੂਚੀ ਮਤਲਬ ਮਾਨਤਾ ਮਿਲ ਚੁੱਕੀ ਆ। ਕੇਂਦਰੀ ਮੰਤਰੀ ਮੰਡਲ ਨੇ 3 ਅਕਤੂਬਰ ਨੂੰ 5 ਨਵੀਆਂ ਭਾਸ਼ਾਵਾਂ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਦੇਣ ਨੂੰ ਮਨਜ਼ੂਰੀ ਦਿੱਤੀ, ਜਿਸ ਦੇ ਵਿੱਚ ਮਰਾਠੀ, ਬੰਗਾਲੀ, ਅਸਾਮੀ, ਪਾਲੀ ਅਤੇ ਪ੍ਰਾਕਿਰਤ ਸ਼ਾਮਿਲ ਕੀਤੀਆਂ ਗਈਆਂ। ਅਤੇ ਹੁਣ ਇਹਨਾਂ ਦੀ ਗਿਣਤੀ ਟੋਟਲ 11 ਹੋ ਚੁੱਕੀ ਆ। ਹਾਂਜੀ, ਹੁਣ ਅਸੀਂ ਕਰਦੇ ਹਾਂ ਇੰਪੋਰਟੈਂਟ ਕਰੰਟ ਅਫੇਅਰ ਰਿਵਾਈਜ਼। ਭਾਰਤ ਦੀ ਹਾਕੀ ਟੀਮ ਨੇ 5ਵੀਂ ਵਾਰ ਏਸ਼ੀਅਨ ਚੈਂਪੀਅਨਸ ਟਰਾਫੀ ਦਾ ਖਿਤਾਬ ਜਿੱਤਿਆ। ਮੋਹਨਾ ਸਿੰਘ ਲਾਈਟ ਕੰਪੈਕਟ ਏਅਰਕ੍ਰਾਫਟ ਤੇਜਸ ਫਲੀਟ ਲਈ ਪਹਿਲੀ ਮਹਿਲਾ ਲੜਾਕੂ ਪਾਇਲਟ ਬਣੀ। ਭਾਰਤ ਦੁਨੀਆ ਵਿੱਚ ਪਲਾਸਟਿਕ ਦੇ ਸਭ ਤੋਂ ਵੱਡੇ ਪ੍ਰਦੂਸ਼ਕ ਵਜੋਂ ਉੱਭਰਿਆ। ਅਫਗਾਨਿਸਤਾਨ ਨੇ ਪੋਲੀਓ ਟੀਕਾਕਰਨ ਮੁਹਿੰਮ ਨੂੰ ਮੁਅੱਤਲ ਕੀਤਾ। 7 ਸਪਤੰਬਰ ਨੂੰ ਬ੍ਰਾਜ਼ੀਲ ਦਾ ਸੁਤੰਤਰਤਾ ਦਿਵਸ ਮਨਾਇਆ ਗਿਆ। ਅੰਗਕੋਰ ਵਾਟ ਨੂੰ ਸਭ ਤੋਂ ਫੋਟੋਜੈਨਿਕ ਯੂਨੈਸਕੋ ਵਿਸ਼ਵ ਵਿਰਾਸਤ ਘੋਸ਼ਿਤ ਕੀਤਾ ਗਿਆ। ਆਂਡੇਮਾਨ ਨਿਕੋਬਾਰ ਦੀਪ ਸਮੂਹ ਵਿੱਚ ਓਪਨ ਵਾਟਰ ਸਵੀਮਿੰਗ ਮੁਹਿੰਮ ਦਾ ਉਦਘਾਟਨ ਹੋਇਆ। ਨਾਸਿਕ ਮਹਾਰਾਸ਼ਟਰ ਵਿੱਚ 80% ਰਾਖਵੀਕਰਨ ਨਾਲ ਕਬਾਇਲੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸ਼੍ਰੀਨਿਵਾਸਨ ਨੂੰ ਸਰਕਾਰੀ ਭਾਸ਼ਾ ਕਿਰਤੀ ਅਵਾਰਡ ਦਿੱਤਾ ਗਿਆ। ਤਾਹਿਰ ਜਮਾਨ ਨੂੰ ਪਾਕਿਸਤਾਨ ਹਾਕੀ ਟੀਮ ਦਾ ਕੋਚ ਚੁਣਿਆ ਗਿਆ। 45ਵਾਂ ਫਿਡੇ ਸ਼ਤਰੰਜ ਓਲੰਪੀਆਡ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਵਿੱਚ ਹੋਇਆ। ਅਰੀਨਾ ਸਵਲੈਂਕਾ ਨੇ ਪਹਿਲੀ ਵਾਰ US ਓਪਨ ਖਿਤਾਬ ਜਿੱਤਿਆ। 2024 ਦੇ ਸਰਵੋਤਮ ਦੇਸ਼ਾਂ ਦੀ ਰੈਂਕਿੰਗ ਵਿੱਚ ਸਵਿਟਜ਼ਰਲੈਂਡ ਟੌਪ 'ਤੇ ਰਿਹਾ।
ਮਨੂ ਭਾਕਰ ਨੂੰ ਬੰਦਰਗਾਹ ਮੰਤਰਾਲੇ ਦਾ ਬ੍ਰਾਂਡ ਅੰਬੈਸਡਰ ਚੁਣਿਆ ਗਿਆ। ਪੰਜਾਬ ਨੇ 14ਵੀਂ ਵਾਰ ਇੰਡੀਆ ਯੂਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ ਜਿੱਤੀ। ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ 5G ਸਮਾਰਟਫੋਨ ਬਾਜ਼ਾਰ ਬਣਿਆ। IIT ਗੁਹਾਟੀ ਨੇ ਹਵਾਬਾਜ਼ੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ 에ਅਰਬੱਸ ਨਾਲ ਸਾਂਝੇਦਾਰੀ ਕੀਤੀ। ਜ਼ਫਰ ਹਸਨ ਨੂੰ ਜੋਰਡਨ ਦਾ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ। ਵਿਸ਼ਾਖਾਪਟਨਮ ਵਿੱਚ 19ਵੇਂ ਦਿੱਬਿਆ ਕਲਾ ਮੇਲੇ ਦਾ ਉਦਘਾਟਨ ਕੀਤਾ ਗਿਆ। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ ਅਤੇ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਅੱਜ ਦੀ ਕਲਾਸ ਵਧੀਆ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫੋਰ ਵਾਚਿੰਗ।